ਸਤ ਸ੍ਰੀ ਅਕਾਲ ਅੰਮ੍ਰਿਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੇਰੀ ਗੁਜਾਰਿਸ਼ ਹੈ ਜੇਕਰ ਤੁਸੀਂ ਹੁਣ ਤੀਕਨ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਇਸ ਦਾ ਬੈਲ ਆਈਕਨ ਦਬਾਓ ਦੀ ਘੰਟੀ ਦਬਾਓ ਤਾਂ ਜੋ ਵੀਡੀਓ ਸਭ ਤੋਂ ਪਹਿਲੇ ਮਿਲੇ ਤੁਹਾਨੂੰ ਅਤੇ ਇਸ ਨੂੰ ਲਾਈਕ ਵੀ ਕਰੋ ਆਪਣੇ ਮਿੱਤਰਾਂ ਸਬੰਧੀਆਂ ਨਾਲ ਇਸ ਨੂੰ ਸ਼ੇਅਰ ਵੀ ਮੈਂ ਹਾਂ ਚੰਚਲ ਮਨੋਰ ਸਿੰਘ ਅੱਜ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਖੰਡੂਰ ਸਾਹਿਬ ਲੋਕ ਸਭਾ ਦੀ ਕੌਨਸੀ ਟਿਊਨਸੀ ਹੈ ਉਸ ਵਿੱਚ ਅਮਰਤਪਾਲ ਸਿੰਘ ਦੇ ਪਰਿਵਾਰ ਵੱਲੋਂ ਜੋ ਦਫਤਰ ਵਗੈਰਾ ਖੋਲਣ ਦੀ ਪ੍ਰਕਿਰਿਆ ਆਰੰਭੀ ਹੈ ਉਸ ਵਿੱਚ ਅੜਿੱਕੇ ਪਾਏ ਜਾ ਰਹੇ ਆ ਇਵੇਂ ਲੱਗ ਰਿਹਾ ਹੈ ਕਿ ਸ਼ਾਇਦ ਅਮਰਿਤਪਾਲ ਸਿੰਘ ਨੂੰ ਨਾਮੀਨੇਸ਼ਨ ਵੀ ਨਾਂ ਭਰਨ ਦਿੱਤਾ ਜਾਵੇ ਮੈਂ ਤੁਹਾਡੇ ਨਾਲ ਸਾਂਝਾ ਬਾਵਾਂਗਾ ਕੁਝ ਜੇ ਤੱਥ ਤੁਹਾਡੇ ਨਾਲ ਸਾਂਝੇ ਕਰਾਂਗਾ ਜਿੱਥਾਂ ਤੋਂ ਤੁਸੀਂ ਵੀ ਅਨੁਮਾਨ ਲਾ ਸਕਦੇ ਹੋ ਕਿ ਪੰਜਾਬ ਸਰਕਾਰ ਦੀ ਜਾਂ ਕੇਂਦਰ ਸਰਕਾਰ ਦੀ ਨੀਅਤ ਜਿਹੜੀ ਹੈ ਉਹ ਕੀ ਹੈ ਗੱਲ ਇਹ ਹੈ ਕਿ ਪਰਸੋਂ ਤੋਂ ਤੀਰੀ ਅਕਾਲ ਤਖਤ ਸਾਹਿਬ ਤੇ ਅਰਦਾਸ ਕੀਤੀ ਗਈ ਅਮਰਤਪਾਲ ਸਿੰਘ ਜੀ ਦੀ ਮਾਤਾ ਬਲਵਿੰਦਰ ਕੌਰ ਤੇ ਪਿਤਾ ਤਰਸੀਮ ਸਿੰਘ ਉਹਨਾਂ ਦੇ ਚਾਚਾ ਸੁਖਚੈਨ ਸਿੰਘ ਪਰਮਜੀਤ ਸਿੰਘ ਕੋਰ ਖਾਲੜਾ ਅਤੇ ਹੋਰ ਉਗੀਆਂ ਹਸਤੀਆਂ ਜਿਨ੍ਹਾਂ ਦਾ ਸਬੰਧ ਅਮਰਤਪਾਲ ਸਿੰਘ ਦੇ ਪਰਿਵਾਰ ਨਾਲ ਹੈ ਤੇ ਅਮਰਤਪਾਲ ਸਿੰਘ ਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਹਨ ਉਹ ਸਾਰੇ ਅਖਾਲ ਤਖਤ ਤੇ ਜੁੜੇ ਜੁੜ ਕੇ ਉਹਨਾਂ ਨੇ ਅਰਦਾਸ ਕੀਤੀ ਅਤੇ ਇਹ ਅਰਦਾਸ ਅਮਰਤਪਾਲ ਸਿੰਘ ਦੀ ਕਾਮਯਾਬੀ ਲਈ ਕੀਤੀ ਗਈ ਗੁਰੂ ਘਰ ਤੋਂ ਅਸੀਸਾਂ ਮੰਗਿਆ ਗਿਆ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਚਮਕੌਰ ਸਾਹਿਬ ਲਈ ਕੂਚ ਕੀਤਾ ਤੇ ਉਹਨਾਂ ਨੇ ਆਪਣੇ ਕੁਝ WhatsApp ਗਰੁੱਪ ਬਣਾਏ ਤੇ WhatsApp ਗਰੁੱਪ ਗਰੁੱਪਾਂ ਦੇ ਐਡਮਿਨ ਵੀ ਬਣਾਏ ਤੁਹਾਨੂੰ ਸਭ ਨੂੰ ਪਤਾ ਹੈ ਕਿ ਗਰੁੱਪ WhatsApp ਦੇ ਕਿਵੇਂ ਚੱਲਦੇ ਸੋ ਨਵ ਕਾਂਸਟੀਟੂਐਂਸੀਆਂ ਜਿਹੜੀਆਂ ਕਿ ਖੰਡੂਰ ਸਾਹਿਬ ਚ ਪੈਂਦੀਆਂ ਔਰ ਇਹ ਨਵ ਕਾਂਸਟੀਟੂਐਂਸੀਆਂ ਚਾਰ ਜ਼ਿਲ੍ਹਿਆਂ ਨੂੰ ਛੋਂਦੀਆਂ ਇਹ ਹਣ ਤਰਨਤਾਰਨ ਕਪੂਰਥਲਾ ਅੰਮ੍ਰਿਤਸਰ ਫਿਰੋਜ਼ਪੁਰ ਸੋ ਇਹ ਬੜੀ-ਵੱਡੀ ਕੌਨਸਟਿਟੂਐਂਸੀ ਬਣ ਜਾਂਦੀ ਹੈ ਸਾਰੀਆਂ ਕੌਨਸਟਿਟੂਐਂਸੀਆਂ ਪਾਰਲੀਮੈਂਟ ਦੀਆਂ ਕਾਫੀ ਵੱਡੇ ਏਰੀਏ ਤੇ ਫੈਲੀਆਂ ਹੁੰਦੀਆਂ ਇਹ ਵੀ ਉਦਾਂ ਹੀ ਆ ਤੋ ਇਹਨਾਂ ਨੂੰ ਥਾਮਾ ਤੇ ਉਹਨਾਂ ਨੇ ਆਪਣੇ ਦਫ਼ਤਰ ਵੀ ਸਥਾਪਿਤ ਕਰਨੇ ਸਨ ਸੋ ਜਿਹੜਾ ਦਫ਼ਤਰ ਉਹਨਾਂ ਨੇ ਸਥਾਪਿਤ ਕੀਤਾ ਅਤੇ ਆਪਣੇ ਜਿੰਨ WhatsApp ਗਰੁੱਪਾਂ ਦੇ ਹਰ ਕੰਸਟੀਚੂਐਂਸੀ ਲਈ ਇੱਕ ਵੱਖਰਾ WhatsApp ਗਰੁੱਪ ਸਥਾਪਿਤ ਕੀਤਾ ਗਿਆ ਉਹਦਾ ਵੱਖਰਾ ਐਡਮਿਨ ਲਾਇਆ ਗਿਆ ਅਤੇ ਓਵਰਆਲ ਸਾਰੀ ਜੋ ਉਹਨਾਂ ਦੀ ਚੋਣ ਹੈ ਉਸ ਦੀ ਇਨਚਾਰਜ ਸਰਦਾਰਨੀ ਪਰਮਜੀਤ ਕੌਰ ਖਾਲੜਾ ਜੀ ਨੂੰ ਬਣਾਇਆ ਗਿਆ ਔਰ ਇਸ ਤੋਂ ਬਾਅਦ ਉਹਨਾਂ ਨੇ ਇੱਕ ਦਫ਼ਤਰ ਦੀ ਸਥਾਪਨਾ ਕੀਤੀ ਕੰਡੂਰ ਸਾਹਿਬ ਵਿੱਚ ਤਾਂ ਫੇਰ ਉਹ ਅੰਮ੍ਰਿਤਸਰ ਆ ਗਏ ਅਗਲੇ ਦਿਨ ਉਹਨਾਂ ਨੇ ਦਮਦਮੀ ਤਕਸਾਲ ਦੇ ਮੈ ਚੌਕ ਮੈਂਤਾ ਜਿਹੜਾ ਉਹਨਾਂ ਦਾ ਹੈੱਡਕੁਆਰਟਰ ਹੈ ਉੱਥੇ ਅਰਦਾਸ ਲਈ ਫਿਰ ਇਕੱਤਰ ਹੋਏ ਤੋਂ ਦਮਦਮੀ ਤਕਸਾਲ ਚੌਕ ਮੈਂਤਾ ਨੇ ਅੰਮਰਿਤਪਾਲ ਸਿੰਘ ਦੀ ਕੰਡੂਰ ਸਾਹਿਬ ਵਾਲੀ ਚੌਣ ਵਿੱਚ ਪੂਰੀ ਮਦਦ ਤੇ ਸਮਰਥਨ ਦਾ ਵਿਸ਼ਵਾਸ ਦਿੱਤਾ ਅਰਦਾਸ ਹੋ ਗਈ ਉਸ ਅਰਦਾਸ ਵਿੱਚ ਉਸੇ ਤਰ੍ਹਾਂ ਹੀ ਸਰਦਾਰ ਤਰਸੀਮ ਸਿੰਘ ਉਹਨਾਂ ਦੇ ਪਿਤਾ ਉਹਨਾਂ ਦੀ ਮਾਤਾ ਬਲਵਿੰਦਰ ਕੌਰ ਜੀ ਬੀਬੀ ਪਰਮਜੀਤ ਕੌਰ ਜੀ ਅਤੇ ਹੋਰ ਉਹਨਾਂ ਦੇ ਜਿੰਨੇ ਵੀ ਸ਼ੁਭਚਿੰਤਕ ਸੀ ਔਰ ਇਸ ਚੌਣ ਵਿੱਚ ਜਿਨ੍ਹਾਂ ਨੇ ਦਿਨ ਰਾਤ ਕੰਮ ਕਰਨਾ ਸੀ ਉਹ ਸਾਰੇ ਉਥੇ ਪਹੁੰਚੇ ਹੋਏ ਸਨ ਪਰ ਨਾਲ ਦੇ ਨਾਲ ਸਰਕਾਰਾਂ ਨੇ ਵੀ ਆਪਣੀ ਕਾਰਵਾਈ ਅਮਰਿਤਪਾਲ ਸਿੰਘ ਦੀ ਇਸ ਚੋਣ ਵਿੱਚ ਹਿੱਸਾ ਲੈਣ ਦੀ ਨੂੰ ਰੋਕਣ ਲਈ ਜਾਂ ਉਹਦੇ ਰਸਤੇ 'ਚ ਰੋੜੇ ਅਟਕਾਉਣ ਲਈ ਠਲ ਪਾਣ ਲਈ ਵੀ ਕਾਰਵਾਈ ਸ਼ੁਰੂ ਕਰ ਦਿੱਤੀ ਸਰਦਾਰਨੀ ਪਰਮਜੀਤ ਕੌਰ ਖਾਲੜਾ ਜੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਜੀ ਦੀ ਚੋਣ ਲੜਨ ਦਾ ਜੋ ਉਦੇਸ਼ ਹੈ ਉਹਦੇ ਵਿੱਚ 4 ਪੁਆਇੰਟ ਹਨ ਸਭ ਤੋਂ ਪਹਿਲਾ ਪੁਆਇੰਟ ਹੈ ਬੰਦੀ ਸਿੰਘਾਂ ਦੀ ਰਿਹਾਈ ਦੂਜਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਵਿਦਵੀ ਦੇ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾਵਾ ਦਿਵਾਣੀਆਂ ਤੀਜਾ ਹੈ ਸਿੱਖ ਨੌਜਵਾਨਾਂ ਵਿੱਚ ਅੰਮ੍ਰਿਤ ਪ੍ਰਸਾਰ ਕਰਨ ਦੀ ਜਿਹੜੀ ਹੈ ਲਹਿਰ ਉਸ ਨੂੰ ਬੁਲੰਦ ਰੱਖਣਾ ਕਿ ਸਿੱਖ ਨੌਜਵਾਨ ਅੰਮ੍ਰਿਤ ਛੱਕ ਕੇ ਖਾਲਸੇ ਸੱਜਣ ਅਤੇ ਚੌਥੀ ਹੈ ਕਿ ਪੰਜਾਬ ਵਿੱਚ ਤੇ ਖਾਸ ਕਰਕੇ ਸਿੱਖ ਨੌਜਵਾਨਾਂ ਵਿੱਚ ਜੋ ਨਸ਼ੇ ਦੀ ਆਦਤ ਲਹਿਰ ਇੱਕ ਚੱਲ ਰਹੀ ਹੈ ਪੰਜਾਬ ਵਿੱਚ ਉਸ ਵਿੱਚ ਸਿੱਖ ਨੌਜਵਾਨਾਂ ਜਾਂ ਹੋਰਾਂ ਨੂੰ ਵੀ ਨਸ਼ਿਆਂ ਤੋਂ ਰਾਦਦਾਨੀ ਨਸ਼ਿਆਂ ਦੇ ਚੱਕਰਾਂ ਤੋਂ ਕਰਦਣਾ ਪਰ ਉਹਨਾਂ ਨੇ ਇਹ ਵੀ ਦੱਸਿਆ ਕਿ ਉਹਨਾਂ ਦੇ ਜਿੱਥੇ WhatsApp ਗਰੁੱਪ ਨੰਬਰ ਬਲੌਕ ਕਰ ਦਿੱਤੇ ਗਿਆਨ ਬਲੌਕ WhatsApp ਗਰੁੱਪ ਬਲੌਕ ਕਰ ਦਿੱਤੇ ਗਿਆਨ ਉਹਥਾਂ ਦੇ ਟਵਿੱਟਰ ਅਕਾਊਂਟ ਜਿਹਨੂੰ ਹੁਣ X ਅਕਾਊਂਟ ਕਹਿੰਦੇ ਆ ਉਹ ਵੀ ਬੰਦ ਕਰ ਦਿੱਤੇ ਗਿਆਨ ਅਤੇ Facebook ਦਾ ਪੇਜ ਵੀ ਡ੍ਰੌਪ ਕਰ ਦਿੱਤਾ ਗਿਆ ਜਾਨੀ ਕਿ ਇਹ ਸਾਰੀਆਂ ਕਾਰਵਾਈਆਂ ਉਹਨਾਂ ਦੀ ਜੋ ਡਿਜੀਟਲ ਪ੍ਰਪਗੈਂਡੇ ਲਈ ਜੋ ਡਵਾਈਸਾਂ ਵਰਤੀਆਂ ਜਾਂਦੀਆਂ ਜੋ ਅਵੇਲੇਬਲ ਹਨ ਹਰਕ ਨੂੰ ਅਵੇਲੇਬਲ ਹਨ ਉਹਨਾਂ ਉੱਪਰ ਇਹਨਾਂ ਲਈ ਪਾਬੰਦੀ ਲਾ ਦਿੱਤੀ ਗਈ ਹੈ ਔਰ ਇਹਨਾਂ ਦਾ ਪ੍ਰਚਾਰ ਦੀਆਂ ਰੋਕਾਂ ਕਾਰਨ ਉਹ ਖੁੱਲ ਕੇ ਪ੍ਰਚਾਰ ਵੀ ਨਹੀਂ ਕਰ ਸਕਣਗੇ ਉਹਨਾਂ ਨੂੰ ਇਹ ਵੀ ਡਰ ਹੈ ਕਿ ਕੀ ਅੰਮ੍ਰਿਤਪਾਲ ਸਿੰਘ ਨੂੰ ਚੋਣ ਪੱਤਰ ਭਰਨ ਦਿੱਤਾ ਜਾਏਗਾ ਜਾਂ ਉਹਨੂੰ ਚੋਣ ਲੜਨ ਵੀ ਦਿੱਤੀ ਜਾਏਗੀ ਯਾ ਨਹੀਂ ਜਾਂ ہاں ਇਸ ਬਾਰੇ ਉਹਨਾਂ ਨੂੰ ਫਰਦਸ਼ਿਆ ਹੈ ਸਭ ਤੋਂ ਪਹਿਲਾਂ ਤਾਂ ਜੋ ਉਹਨਾਂ ਦੀ ਚੋਣ ਇਨ ਚਾਰਜ ਬਣਾਈ ਗਈ ਪਰਮਜੀਤ ਕੌਰ ਖਾਲਸਾ ਜੀ ਉਹਨਾਂ ਦਾ ਮੋਬਾਈਲ ਬਲੌਕ ਕਰਤਾ ਗਿਆ ਉਹਨਾਂ ਦਾ ਵਟਸਐਪ ਗਰੁੱਪ ਬਲੌਕ ਕਰਤਾ ਗਿਆ ਫਿਰ ਉਹਨਾਂ ਨੇ ਬਾਕੀ ਦੇ ਵੀ 9 ਵਟਸਐਪ ਗਰੁੱਪ ਬਲੌਕ ਕਰਤੇ ਅਤੇ ਉਹਨਾਂ ਦੇ ਮਾਤਾ ਪਿਤਾ ਦੇ ਵੀ ਮੋਬਾਈਲ ਬਲਾਕ ਕਰ ਦਿੱਤੇ ਗਏ ਇਹ ਦੱਸਿਆ ਜਾਂਦਾ ਸੋ ਅੱਜ ਦੇ ਯੁੱਗ ਵਿੱਚ WhatsApp ਤੇ ਮੋਬਾਈਲ ਤੁਹਾਨੂੰ ਪਤਾ ਹੈ ਇਹ ਦੇ ਮਿੰਟ ਤੇ 1 ਮਿੰਟ ਵੀ ਨਹੀਂ ਲੱਗਦਾ ਜਾਂ ਤੁਹਾਡੇ ਵਿਰੋਧੀਆਂ ਕੋਲ ਨਹੀਂਆਂ ਡਿਜੀਟਲ ਫੈਸਿਲਿਟੀਆਂ ਹੋਣਗੀਆਂ ਔਰ ਤੁਹਾਡੀਆਂ ਫੈਸਿਲਿਟੀਆਂ ਜਿਹੜੀਆਂ ਨੂੰ ਵਿਡਰਾ ਕਰ ਲੀਆਂ ਜਾਣਗੀਆਂ ਤਾਂ ਇਹ ਇੱਕ ਹੈਂਡੀਕੈਪ ਬਣ ਜਾਏਗਾ ਤੁਹਾਡੀ ਜਿਹੜੀ ਚੋਣ ਮਹਿੰਮ ਹੈ ਉਹਦੇ ਰਾਹ ਵਿੱਚ ਰੋੜਾ ਬਣ ਜਾਏਗਾ ਜਦ ਕਿ ਤੁਸੀਂ ਡਿਜੀਟਲ ਟੈਕਨੋਲੋਜੀ ਨੂੰ ਵਰਤ ਕੇ ਅਜੋਕੀ ਟੈਕਨੋਲੋਜੀ ਨੂੰ ਆਪਣਾ ਚੋਣ ਪ੍ਰਚਾਰ ਨਹੀਂ ਕਰ ਸਕੋਗੇ ਤਾਂ ਇਹ ਪਹਿਲਾ ਹਮਲਾ ਜੋ ਹੋਇਆ ਅਮਰਿਤਪਾਲ ਸਿੰਘ ਤੇ ਚੋਣ ਪ੍ਰਚਾਰ ਤੇ ਬੜਾ ਖਤਰਨਾਕ ਸਾਬਤ ਹੋ ਸਕਦਾ ਹੈ ਇਹ ਕਿਉਂ ਹੋ ਰਿਹਾ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਇਹਦਾ ਇੱਕੋ ਹੀ ਕਾਰਨ ਹੈ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੋਨਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਅਮਰਿਤਪਾਲ ਸਿੰਘ ਨੂੰ ਇੰਨੀ ਵੋਟ ਪਏਗੀ ਕਿ ਬਾਕੀ ਦੀਆਂ ਪਾਰਟੀਆਂ ਦੇ ਜਿਹੜੇ ਨੁਮਾਇंदे ਖੜੇ ਉਮੀਦਵਾਰਾਂ ਉਹਨਾਂ ਦੇ ਪੱਲੇ ਸ਼ਾਇਦ ਬਹੁਤ ਥੋੜੀਆਂ ਵੋਟਾਂ ਪੈਣ ਹੋ ਸਕਦਾ ਹੈ ਕੁਝ ਦੀਆਂ ਜ਼ਮਾਨਤਾਂ ਵੀ ਜ਼ਬਤ ਹੋ ਜਾ। ਕਿਉਂਕਿ ਜੋ ਮਾਨਸਿਕਤਾ ਹੈ ਇਹ ਸਿੱਖ ਮਾਨਸਿਕਤਾ ਹੈ ਕਿ ਜੇਕਰ ਕੋਈ ਜੇਲ੍ਹ 'ਚ ਬੈਠਾ ਹੈ ਤਾਂ ਉਹਦੇ ਨਾਲ ਜੋ ਵਿਧੀਕੀ ਹੋ ਰਹੀ ਹੈ, ਤਸ਼ੱਦਦ ਹੋ ਰਿਹਾ ਹੈ। ਔਰ ਜੋ ਉਹਦੇ ਤੇ ਜ਼ੁਲਮ ਹੋ ਰਿਹਾ ਉਸ ਦੇ ਵਿਰੁੱਧ ਖੜਨਾ ਇੱਕ ਸਿੱਖ ਮਾਨਸਿਕਤਾ ਹੈਗੀ ਹੈ ਇਹਦੇ ਵਿੱਚ ਕੋਈ ਕਿਸੇ ਦਾ ਵਸ ਨਹੀਂ ਕਿਉਂਕਿ ਜੋ ਨੌਜਵਾਨ ਪੀੜੀ ਹੈ ਉਹ ਤਾਂ ਉਹਨਾਂ ਦੀ ਸਮਰਥਕ ਹੈ ਹੀ ਕਿਉਂਕਿ ਨੌਜਵਾਨ ਪੀੜੀ ਦਾ ਬਹੁਤ ਵੱਡਾ ਹਿੱਸਾ ਉਹਨਾਂ ਦੀਆਂ ਵਹੀਰਾਂ ਵਿੱਚ ਉਹਨਾਂ ਦੇ ਨਾਲ ਗਿਆ ਅੰਮ੍ਰਿਤ ਜੋ ਪ੍ਰਚਾਰ ਕੀਤਾ ਸਿੱਖ ਸਾਜੇ ਸਿੱਖ ਬਣਾਏ ਅੰਮ੍ਰਿਤ ਛਕਾ ਕੇ ਉਹਦੇ ਵਿੱਚ ਵੀ ਕਾਫੀ ਜਿਹੜੀ ਹੈ ਪਾਰਟਿਸਪੇਸ਼ਨ ਸੀ ਸਿੱਖ ਨੌਜਵਾਨਾਂ ਦੀ ਉਹਨਾਂ ਨੇ ਦਿਲਚਸਪੀ ਵੀ ਲਈ ਵੈਸੇ ਵੀ ਜੇ ਦੇਖਿਆ ਜਾਏ ਤਾਂ ਪੰਜਾਬ ਦੀਆਂ ਜਿੱਥੇ ਪੁਰਾਣੀਆਂ ਪਰੰਪਰਾਵਾਦੀ ਪਾਰਟੀਆਂ ਖਾਸ ਕਰਕੇ ਜਿਹੜੀ ਸਿੱਖਾਂ ਦੀ ਸ਼ਰੋਣੀ ਅਕਾਲੀ ਦਲ ਹੈ ਉਹ ਵੇਲਾ ਵੇ ਆ ਚੁੱਕੀ ਐ ਉਸ ਦਾ ਤੇ ਹੁਣ ਜੋ ਹੈ ਰੈਹਨਦ ਖੂਨ ਦੀ ਉਹਦੀ ਪੱਲੇ ਐ ਚਾਹੇ ਉਹਨਾਂ ਨੇ ਕਾਫੀ ਜਿਹੜੀ ਯਤਨ ਕੀਤੇ ਕਿ ਕਿਸੇ ਤਰ੍ਹਾਂ ਉਹਨਾਂ ਨਾਲ ਪੰਜਾਬ ਦੇ ਲੋਕ ਜੁੜ ਜਾਣ ਪੰਥਕ ਸੋਚ ਵਾਲੇ ਲੋਕ ਜੁੜ ਜਾਣ ਪੰਥਕ ਸੋਚ ਵਾਲੇ ਲੋਕਾਂ ਤੋਂ ਭਾਵ ਹੈ ਕੁਝ ਲੋਕ ਜੋ ਹਨ ਉਹ ਗੁਰਸਿੱਖੀ ਨਾਲ ਬਹੁਤ ਜ਼ਿਆਦਾ ਬਣਨਾਏ ਹੋਏ ਹਨ ਅਤੇ ਉਹਨਾਂ ਦਾ ਮਨ ਦਾ ਚਕੋ ਉਹਨਾਂ ਦੀ ਧਾਰਮਿਕ ਵਿਚਾਰਧਾਰਾ ਕਰਕੇ ਹਮੇਸ਼ਾ ਉਸ ਪਾਸੇ ਰਹਿੰਦਾ ਜਿਸ ਪਾਸੇ ਕਿ ਸਿੱਖ ਕੌਮ ਦੇ ਉਹ ਲੀਡਰ ਜੋ ਬਦਨਾਮ ਨਹੀਂ ਹਨ ਉਸ ਪਾਸੇ ਸੋ ਅਮਰਤਪਾਲ ਸਿੰਘ ਨੂੰ ਹਲੇ ਤੱਕ ਬਿਲਕੁਲ ਉਸਨੇ ਕਲੀਨ ਰਿਕਾਰਡ ਨਾਲ ਸ਼ੁਰੂ ਕੀਤੀ ਹੈ چاہے ਉਹਦੇ ਤੇ ਕਿੰਨੇ ਹੀ ਕੇਸ ਦਰਜ ਹੋ ਗਏ ਹਨ ਉਹਦੇ ਉੱਤੇ ਪੁਲਿਸ ਕੇਸ ਵੀ ਹਨ ਨੈਸ਼ਨਲ ਸਕਿਉਰਿਟੀ ਐਕਟ ਵੀ ਲੱਗਾ ਹੋਇਆ ਉਹਦੇ ਨਾਲ ਉਹਦੇ ਨਿੱਧੀਕੀਆਂ ਦੇ ਵੀ ਲੱਗਾ ਸੋ ਇਹ ਜੋ سلسلہ ਸਰਕਾਰਾਂ ਵੱਲੋਂ ਸ਼ੁਰੂ ਹੋਇਆ ਇਹ ਕਨਫਰਮ ਨਹੀਂ ਹੋ ਸਕਿਆ ਕਿ ਇਹ ਜੋ ਉਹਨਾਂ ਦੇ ਵਟਸਐਪ ਗਰੁੱਪ ਤੇ ਮੋਬਾਈਲਾਂ ਤੇ ਬਲੌਕ ਕਰਵਾਇਆ ਇਹ ਪੰਜਾਬ ਸਰਕਾਰ ਨੇ ਕਰਾਇਆ ਕਿ ਕੇਂਦਰ ਸਰਕਾਰ ਨੇ ਕਰਾਇਆ ਕਿਉਂਕਿ ਨੈਸ਼ਨਲ ਸਕਿਉਰਿਟੀ ਐਕਟ ਤਾਂ ਉਹਨਾਂ ਉੱਪਰ ਲੱਗਾ ਹੀ ਹੋਇਆ ਸੋ ਇਹ ਨੈਸ਼ਨਲ ਸਕਿਉਰਿਟੀ ਐਕਟ ਉਹਨਾਂ ਤੇ ਹੀ ਲੱਗਦਾ ਜੋ ਦੇਸ਼ ਤ੍ਰੋਈ ਗਤੀਵਿਧੀਆਂ ਵਿੱਚ ਵਿਸਾ ਲੈਣ ਜਾਂ ਵੱਖਵਾਦੀ ਜੋ ਵਿਚਾਰਤਾ ਰ ਹੈ ਉਸ ਨੂੰ ਪ੍ਰਮੋਟ ਕਰਨ ਜਿਵੇਂ ਖਾਲਿਸਤਾਨ ਹੈ ਉਹਦੀ ਪ੍ਰਾਪਤੀ ਦਾ ਰਾਹ ਦੱਸਣ ਸੋ ਇਹ ਸਾਰੀਆਂ ਜੋ ਵਿਚਾਰਤਾਰਕ ਗੱਲਾਂ ਇਹਨਾਂ ਤੋਂ ਐਂ ਲੱਗਦਾ ਕਿ ਪੰਜਾਬ ਸਰਕਾਰ ਵੀ ਡਰੀ ਹੋਈ ਆ ਅਤੇ ਕੇਂਦਰ ਸਰਕਾਰਾਂ ਡਰਦੀਆਂ ਤੇ ਨਹੀਂ ਹੁੰਦੀਆਂ ਪਰ ਅਸੀਂ ਕਹਿ ਸਕਦੇ ਹਾਂ ਵੀ ਕਿ ਉਹਨਾਂ ਨੂੰ ਡਰ ਹੈ ਕਿ ਵੀ ਇਹ ਬਹੁਤ ਵੱਡੀ ਗਿਣਤੀ ਤੇ ਜਿੱਜ ਆਏਗਾ ਔਰ ਉਹਦੇ ਨਾਲ ਪੰਜਾਬ ਵਿੱਚ ਮੁਰ ਜੋ ਹੈ ਕਿ ਜੋ ਸੇਖ ਕੌਮ ਦੀ ਆਜ਼ਾਦ ਹਸਤੀ ਅਤੇ ਖਾਲਸਾਣ ਦੀ ਗੱਲ ਕਰਦੇ ਹਨ ਜਾਂ ਜੋ ਸਿੱਖਾਂ ਲਈ ਇੱਕ ਵੱਖਰਾ ਜੋ ਰਾਜ ਮੰਗਦੇ ਹਨ ਉਹਨਾਂ ਨਾਲ ਜੁੜੇ ਹੋਏ ਨੌਜਵਾਨ ਤੇ ਹੋਰ ਪਰਿਵਾਰ ਉਹ ਮੁੜ ਜੋ ਹਨ ਖੁੰਬਾ ਮਾਕੜ ਨਿਕਲ ਆਣਗੇ ਜਿਹੜੇ ਇਸ ਵੇਲੇ ਚੁੱਪ ਹਨ ਕਿਉਂਕਿ ਉਹਨਾਂ ਦੇ ਲੀਡਰ ਨੈਸ਼ਨਲ ਸਕਿਉਰਿਟੀ ਆਫਸ ਬੰਦ ਕਰਤੇ ਗਏ ਡਿਬੜੂਗੜ੍ਹ ਜੇਲ੍ਹ ਵਿੱਚ ਅਸਾਮ ਵਿੱਚ ਤਾਂ ਉਹਨਾਂ ਨੇ ਚੁੱਪੀ ਥਾਣ ਲਈ ਸੋ ਉਹ ਮੁੜ ਬਾਹਰ ਆ ਸਕਦੇ ਸੋ ਇਹ ਕਿਵੇਂ ਹੋਵੇਗਾ ਇਦੇ ਬਾਰੇ ਅੱਗੇ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਅਮਰਿਤਪਾਲ ਸਿੰਘ ਦੇ ਪਿਤਾ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਇੱਕ ਚਿੱਠੀ ਲਿਖ ਕੇ ਇਹ ਮੰਗ ਕੀਤੀ ਹੈ ਕਿ ਅਮਰਿਤਪਾਲ ਸਿੰਘ ਤੇ ਜਿੰਨੇ ਵੀ ਕੇਸ ਦਰਜ ਹਨ ਉਹਨਾਂ ਦੀ ਸੂਚੀ ਜਨਤਾ 'ਤੇ ਕੀਤੀ ਜਾਏ ਜਨਤਾ ਨੂੰ ਦੱਸਿਆ ਜਾਏ ਉਹਦੇ ਤੇ ਕੀ ਕੀ ਕੇਸ ਹਨ ਤੇ ਕੀ ਕੀ ਚਾਰਜ ਲੱਗੇ ਹਨ ਬੜੀ ਜੈਨੂਨ ਡਿਮਾਂਡ ਹੈ ਉਹਨਾਂ ਦੀ ਤੋਂ ਕੀ ਇਸ ਚਿੱਠੀ ਉੱਪਰ ਇਲੈਕਸ਼ਨ ਕਮਿਸ਼ਨ ਕੋਈ ਕਾਰਵਾਈ ਕਰੇਗਾ ਕੋਈ ਜਵਾਬ ਦੇਗਾ ਜਾਂ ਨਹੀਂ ਦੇਗਾ ਇਸ ਤੋਂ ਇਲਾਵਾ ਜਿਹੜੀ ਗੱਲ ਬੜੀ ਮਹੱਤਵਪੂਰਨ ਹੈ ਕਿ ਸਰਕਾਰਾਂ ਜਾਂ ਏਜੰਸੀਆਂ ਅਮਰਤਪਾਲ ਸਿੰਘ ਨੂੰ ਆਪਣਾ ਨਾਮੀਨੇਸ਼ਨ ਸਮੇਂ ਸਿਰ ਭਰਨ ਦੇਣੀਆਂ ਕਿ ਨਹੀਂ ਕਿਉਂਕਿ ਆਮ ਤਾਂ ਜਿਹੜੇ ਜੇਲ੍ਹਾਂ ਚ ਬੰਦ ਹਨ ਉਹ ਕਿਸੇ ਤਰ੍ਹਾਂ ਵੀ ਹੋਣ ਉਹਨਾਂ ਤੇ ਚਾਹੇ ਕ੍ਰਿਮੀਨਲ ਕੇਸ ਹੋਣ ਜਾਂ ਇਦਾਂ ਦੇ سنگੀਨ ਕੇਸ ਨੈਸ਼ਨਲ ਸਕਿਉਰਿਟੀ ਐਕਟ ਵਰਗੇ ਪੋਲੀਟੀਕਲ ਪ੍ਰिजनਰ ਦੀਆਂ ਨੂੰ ਕਹਿ ਸਕਦੇ ਹਾਂ ਨਾਮੀਨੇਸ਼ਨਾਂ ਦੇ ਭਰ ਕੇ ਇਲੈਕਸ਼ਨ ਕਮਿਸ਼ਨ ਨੂੰ ਜੋ ਤਰਨਤਾਰਨ ਉਥੇ ਦੇਣੇ ਹਨ ਸੋ ਇਹ ਨਾਮੀਨੇਸ਼ਨ ਤੇ ਪਰਵਾਇਜ ਆ ਸਕਦੇ ਆ ਉਹਨਾਂ ਦੀ ਕੋਈ ਕਮੀ ਨਹੀਂ ਹੋਏਗੀ ਪਰ ਕੀ ਇਹ ਜਦੋਂ ਕੋਈ ਵਿਅਕਤੀ ਜਾਂ ਉਹਨਾਂ ਦਾ ਨੁਮਾਇੰਦਾ ਇਹਨਾਂ ਨੂੰ ਸਮਿਟ ਕਰਨ ਲਈ ਲੈ ਕੇ ਤਰਨਤਾਰਨ ਵੱਲ ਚਲੇਗਾ ਡਿਬੜੂਗੜ ਤੋਂ ਜਾਨੀ ਅਸਾਮ ਤੋਂ ਹਵਾਈ ਜਾ ਚਾਏ ਜਾਂ ਟ੍ਰੇਨਾਂ ਦੇ ਰਸਤੇ ਆਏ ਕੀ ਉਸ ਨੂੰ ਠੀਕ ਡੇਟ ਤੱਕ ਪਹੁੰਚਣ ਦਿੱਤਾ ਜਾਏਗਾ ਕਿ ਨਹੀਂ ਪਹੁੰਚਣ ਦਿੱਤਾ ਜਾਏਗਾ ਜਾਂ ਕੀ ਉਸ ਨੂੰ ਵੀ ਅਰੈਸਟ ਕਰ ਲਿਆ ਜਾਏਗਾ ਗ੍ਰਿਫਤਾਰ ਕਰ ਲਿਆ ਜਾਏਗਾ ਕਿਉਂਕਿ ਸਰਕਾਰ ਤਾਂ ਕਈ ਤਰ੍ਹਾਂ ਦੇ ਦੋਸ਼ ਲਾ ਕੇ ਜੇਲ੍ਹ 'ਚ ਪਾ ਸਕਦੀ ਹੈ ਸਟੇਟ ਗਵਰਨਮੈਂਟ ਵੀ ਪਾ ਸਕਦੀ ਹੈ ਤੇ ਕੇਂਦਰ ਸਰਕਾਰ ਵੀ ਪਾ ਸਕਦੀ ਹੈ ਪਰ ਇਸ ਕੇਸ ਵਿੱਚ ਜੋ ਅਮਰਿਤਪਾਲ ਸਿੰਘ ਤੇ ਇਸ ਦੇ 8 ਹੋਰ ਸਾਥੀਆਂ ਨੂੰ ਨੈਸ਼ਨਲ ਸਕਿਉਰਿਟੀ ਐਕਟ ਦੇ ਅਧੀਨ ਗ੍ਰਿਫਤਾਰ ਕਰਕੇ ਜੇਲ੍ਹ ਚ ਬੰਦ ਕੀਤਾ ਗਿਆ ਇਹ ਪੰਜਾਬ ਸਰਕਾਰ ਦੀ ਸਿਫਾਰਿਸ਼ ਤੇ ਕੀਤਾ ਗਿਆ ਔਰ ਇਹ ਜੋ ਅਮਰੋਸਰ ਦਾ ਡਿਪਟੀ ਕਮਿਸ਼ਨਰ ਹੈ ਉਸ ਦੀ ਰეკਮੈਂਡੇਸ਼ਨ ਤੇ ਹੀ ਕੀਤਾ ਗਿਆ ਉਹਨਾਂ ਦੀ ਹੁਣ ਜੋ ਨੈਸ਼ਨਲ ਸਕਿਉਰਿਟੀ ਐਕਟ ਇੱਕ ਸਾਲ ਲਈ ਜੇਲ੍ਹ ਚ ਰੱਖਣ ਲਈ ਹੁੰਦਾ ਪਰ ਇਹਨਾਂ ਦਾ ਇੱਕ ਸਾਲ ਹੋਰ ਜੋ ਵਧਾਇਆ ਗਿਆ ਉਸ ਦੀ ਰეკਮੈਂਡੇਸ਼ਨ ਵੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤੋਂ ਗਈ ਹੈ ਤੇ ਉਹਦੇ ਵਿੱਚ ਜੋ ਦੋਸ਼ ਲੱਗੇ ਹੋਏ ਹਨ ਉਹ ਪੁਰਾਣੇ ਹੀ ਹਨ ਕਿ ਉਹਨਾਂ ਤੋਂ ਖਤਰਾ ਸਟੇਟ ਦੀ ਸ਼ਾਂਤੀ ਨੂੰ ਬਲਾਬਲਾ ਇਦਾਂ ਦੇ ਮਨਘੜਤ ਜੇ ਚਾਰਜ ਬਣਾ ਕੇ ਕੌਣ ਕੌਣ ਕਾਕਟਡ ਸਟੋਰੀਆਂ ਬਣਾ ਕੇ ਲਾਏ ਹੋयान ਔਰ ਨੈਸ਼ਨਲ ਸਕਿਉਰਿਟੀ ਐਕਟ ਨੂੰ ਤੁਸੀਂ ਕੋਰਟ ਚ ਚੈਲੰਜ ਵੀ ਨਹੀਂ ਕਰ ਸਕਦੇ ਉਹਨਾ ਕਿਸੇ ਕੋਰਟ ਦੇ ਪ੍ਰਿਵਿਊ ਵਿੱਚ ਹੈ ਅਤੇ ਨਾ ਹੀ ਉਹਦੇ ਵਿੱਚ 1 ਸਾਲ ਤੱਕ ਜ਼ਮਾਨਤ ਹੁੰਦੀ ਸੋ ਇਸ سلسلے ਨੂੰ ਅੱਗੇ ਦੇਖਦੇ ਹਾਂ ਕਿ ਉਹਨਾਂ ਦੇ ਨਾਮੀਨੇਸ਼ਨ ਪਰਨ ਦਾ ਕੀ ਢੰਗ ਤਰੀਕਾ ਹੋਏਗਾ ਕੌਣ ਉਹਨਾਂ ਦਾ ਨਾਮੀਨੇਸ਼ਨ ਪੇਪਰ ਲੈ ਕੇ ਆਏਗਾ 12 ਪਰ ਨਾਮੀਨੇਸ਼ਨ ਕੌਣ ਬੰਦੇ ਆਉਣਗੇ ਉਹਨਾਂ ਨੂੰ ਬੰਦਿਆਂ ਦੀ ਕਮੀ ਤੇ ਹੋਏਗੀ ਨਹੀਂ ਨਾਮੀਨੇਸ਼ਨ ਫਸ ਸੈਕਿੰਡ ਕਰਨ ਵਾਲੇ ਇਹੋ ਜੀ ਕੋਈ ਸਮੱਸਿਆ ਨਹੀਂ ਹੋਏਗੀ ਵਕੀਲਾਂ ਦਾ ਵੀ ਉਹਨਾਂ ਦਾ ਪੈਨਲ ਹੋਏਗਾ ਜਿਹੜਾ ਕਿ ਉਹਨਾਂ ਦੇ ਨਾਮੀਨੇਸ਼ਨਾਂ ਦੀ ਕਾਨੂੰਨੀ ਅਵਸਥਾ ਨੂੰ ਦੇਖ ਕੇ ਕਲੀਅਰ ਕਰਕੇ ਭੇਜੇਗਾ ਪਰ ਸਵਾਲ ਇੱਕ ਹੈ ਕਿ ਉਹਨਾਂ ਨੂੰ ਨਾਮੀਨੇਸ਼ਨ ਭਰਨ ਦਿੱਤਾ ਜਾਏਗਾ ਜੇ ਨਹੀਂ ਪਰਣ ਦਿੱਤਾ ਜਾਏਗਾ ਤਾਂ ਉਹ ਇਸ ਚੋਣ ਦੇ ਵਿੱਚੋਂ ਬਾਹਰ रह ਜਾਣਗੇ ਉਹਦੀਆਂ ਜੋ ਮਰਜ਼ੀ ਕਾਨੂੰਨੀ ਲੜਾਈਆਂ ਬਾਅਦ ਵਿੱਚ ਲੜਦੇ ਰਹਿਣ ਉਹਦਾ ਕੋਈ ਸਿੱਟਾ ਜਲਦੀ ਨਿਕਲਣ ਵਾਲਾ ਨਹੀਂ ਪਰ ਜਿਸ ਤਰ੍ਹਾਂ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਨੇ ਤੇ ਦੇਖਣ ਚ ਮਿਲ ਰਹੀਆਂ ਨੇ ਕਿਹੜੇ ਪੱਧਰ ਤੇ ਸਭ ਕੁਝ ਹੋ ਰਿਹਾ ਉਹ ਇਹ ਉਹ ਦੱਸਦਾ ਕਿ ਅਮਰਿਤਪਾਲ ਸਿੰਘ ਦੇ ਲੋਕ ਸਭਾ ਜਿੱਤਣ ਤੱਕ ਨਾਮੀਨੇਸ਼ਨ ਭਰਨ ਤੱਕ ਰਸਤੇ 'ਚ ਬਹੁਤ ਰੋੜੇ ਹਨ ਕਿਉਂਕਿ ਕੋਈ ਸਮਾਜਿਆ ਵੀ ਆ ਸਕਦਾ ਹੈ ਕਿ ਜੋ ਅਮਰਿਤਪਾਲ ਸਿੰਘ ਦੇ ਆਫਿਸ ਬੀਰਰ ਬਣਨਗੇ ਜਿੱਥੇ ਜਿੱਥੇ ਨੋ ਕਨਸੀਅਨਸ ਉਹਨਾਂ ਉੱਪਰ ਵੀ ਕੀ ਕੋਈ ਕਾਰਵਾਈ ਹੋ ਸਕਦੀ ਆ ਇਹ ਸਮਝ ਦੱਸੇਗਾ ਸੋ ਇਸ ਚਰਚਾ ਨੂੰ ਇੱਥੇ ਸਮਾਪਤ ਕਰਨ ਤੋਂ ਪਹਿਲੇ ਮੈਂ ਆਪ ਜੀ ਨੂੰ ਇੱਕ ਵਾਰੀ ਫੇਰ ਦੱਸਦਾ ਕਿ ਅੰਮ੍ਰਿਤਪਾਲ ਸਿੰਘ ਦੇ ਨਾਮੀਨੇਸ਼ਨ ਪਰੰਤਕ بڑے ਰਸਤੇ ਵਿੱਚ ਰੋੜੇ ਅਟਕਾਏ ਜਾਣਗੇ ਤੇ ਅਟਕਾਏ ਜਾ ਰਹੇ ਜਿਨ੍ਹਾਂ ਦਾ ਤੁਹਾਨੂੰ ਪ੍ਰਭਾਵ ਪਹਿਲੇ ਦਿਨ ਨਹੀਂ ਮਿਲ ਗਿਆ ਕਿ ਉਹਨਾਂ ਦੇ ਜੋ ਮੋਬਾਈਲ ਫੋਨ ਉਹ ਬਲਾਕ ਕੀਤੇ ਗਏ ਹਨ ਅਤੇ ਉਹਨਾਂ ਦੇ WhatsApp ਗਰੁੱਪ ਵੀ ਬਲੌਕ ਕਰ ਦਿੱਤੇ ਗਿਆ। ਤੋਂ ਇਹ ਚਰਚਾ ਨੂੰ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ ਇਹ ਤੁਹਾਨੂੰ ਪਸੰਦ ਆਈ ਹੋਵੇਗੀ। ਤੋਂ ਮੇਰੀ ਆਪ ਜੀ ਨੂੰ ਬੁਝਾਰਸ਼ ਹੈ ਇਸ ਨੂੰ ਆਪਣੇ ਮਿੱਤਰਾਂ ਸਬੰਨੀਆਂ ਦੋਸਤਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਤੁਹਾਡੇ ਜਾਣਕਾਰਾਂ ਨੂੰ ਇਹ ਪਤਾ ਲੱਗ ਸਕੇ ਕਿ ਖੰਡੂਰ ਸਾਹਿਬ ਕਾਂਸਟਿਟੂਐਂਸੀ 'ਚ ਚੋਣ ਦੌਰਾਨ ਕੀ ਹੋ ਰਿਹਾ ਹੈ। ਧੰਨਵਾਦ ਸਤਿ ਸ਼੍ਰੀ ਅਕਾਲ।